ਰੋਟੀ ਵੀ ਆ ਗਈ ਭਾਬੀ ਰਣਜੀਤ ਕੌਰ ਚੁੰਮਿਆਂ ਵਾਲੀ ਨਵੀਂ ਰੈਸਪੀ ਲੈ ਕੇ ਰਸੋਈ ਘਰ ਦੇ ਵਿੱਚ। ਅੱਜ ਤੁਹਾਨੂੰ ਬਣਾਉਣਾ ਸਿਖਾਓਗੀ ਪਨੀਰ ਵਾਲੇ ਪਰੌਂਠੇ ਕਿੱਦਾਂ ਬਣਦੇ ਆ, ਠੀਕ ਹੈ ਨਾ। ਤੇ ਇੱਧਰ ਦੇਖ ਲਓ, ਪਾਈਆ ਪਨੀਰ ਲੈ ਕੇ ਆਉਂਦਾ ਸੀ ਮੈਂ, ਅੱਧਾ ਮੈਂ ਖਾ ਗਈ ਕੱਚਾ ਹੀ, ਠੀਕ ਹੈ ਨਾ। ਤੁਸੀਂ ਪਾਈਆ ਹੀ ਪਾ ਲਿਓ, ਠੀਕ ਹੈ ਨਾ। ਪਰੌਂਠਿਆਂ ਦੇ ਵਿੱਚ ਹਰੀਆਂ ਮਿਰਚਾਂ, ਦੋ ਪਿਆਜ਼ ਵੱਡੇ, ਠੀਕ ਹੈ ਨਾ। ਲਓ ਜੀ, ਆਹ ਰੱਖ ਦਿੱਤੇ ਆਪਾਂ ਪਿਆਜ਼ ਪੂਜੇ, ਠੀਕ ਹੈ ਨਾ। ਉੱਤੇ ਪਾਉਣਾ ਆਪਾਂ ਨਮਕ, ਆਪਣੇ ਹਿਸਾਬ ਨਾਲ ਪਾ ਲਿਓ ਨਮਕ, ਠੀਕ ਹੈ ਨਾ। ਲਓ ਜੀ, ਲਓ ਜੀ, ਥੋੜ੍ਹਾ ਜਿਹਾ ਹੋਰ ਪਾ ਦਈਏ ਆਪਾਂ। ਲਓ ਜੀ, ਥੋੜ੍ਹੀਆਂ ਜਿਹੀਆਂ ਪਾਉਣੀਆਂ ਤੁਸੀਂ ਲਾਲ ਮਿਰਚਾਂ, ਠੀਕ ਹੈ ਨਾ, ਹਰੀਆਂ ਪਾਈਆਂ ਹੋਈਆਂ ਆਪਣੀਆਂ। ਲਓ ਜੀ, ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਵਾ, ਠੀਕ ਹੈ ਨਾ। ਲਓ ਜੀ, ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਬਣਾਵਾਂਗੇ ਆਪਾਂ ਪਰਾਂਠੇ ਪਨੀਰ ਵਾਲੇ, ਠੀਕ ਹੈ ਨਾ। ਜਿਹਨੇ ਜਿਹਨੇ ਖਾਣੇ ਆ ਜਲਦੀ ਜਲਦੀ ਆ ਜਾਓ ਸ਼ਹਿਰ ਲੁਧਿਆਣੇ, ਫਿਰ ਨਾ ਕਿਉਂ ਭਾਬੀ ਰਣਜੀਤ ਕੌਰ ਨੇ ਇਕੱਲੀ ਨੇ ਖਾ ਲਏ। ਹਾਂ, ਨਾਲ ਦਹੀਂ ਲੈ ਕੇ ਆਉਣੀ ਆ, ਠੀਕ ਹੈ ਨਾ। ਦਹੀਂ ਨਾਲ ਖਾਣੇ ਆ, ਚਾਹੇ ਮੂੰਗੀ ਮਸਰ ਦਾਲ ਬਣਾ ਲਿਓ ਘਰੇ, ਉਹਦੇ ਨਾਲ ਖਾ ਲਿਓ ਪਨੀਰ ਵਾਲੇ ਪਰਾਂਠੇ। ਪਨੀਰ ਵਾਲੇ ਪਰਾਂਠੇ ਮੂੰਗੀ ਮਸਰਾਂ ਦੀ ਦਾਲ ਨਾਲ? ਹਾਂਜੀ, ਭਾਬੀ ਰਣਜੀਤ ਕੌਰ ਤੇ ਇਦਾਂ ਹੀ ਖਾਂਦੀ ਆ। ਤੇਰਾ ਤਾਂ ਦਿਮਾਗ ਹਿੱਲਿਆ ਹੋਇਆ, ਸਾਡਾ ਥੋੜੀ ਹਿੱਲਿਆ ਹੋਇਆ ਵਾ, ਕਿਉਂ ਵੀ ਜੀ? ਮੇਰਾ ਦਿਮਾਗ ਥੋੜੀ ਹਿੱਲਿਆ ਵਾ, ਮੈਂ ਤਾਂ ਸਿਆਣੀ ਆ। ਹਾਂ, ਅਸੀਂ ਖਾਵਾਂਗੇ ਦਹੀਂ ਨਾਲ ਖਾਵਾਂਗੇ, ਅਸੀਂ ਮੱਖਣ ਨਾਲ ਖਾਵਾਂਗੇ, ਕਿਉਂ ਬਈ? ਹਾਂ, ਔਰ ਵਧੀਆ ਜੀ ਦਾਲ ਬਣਾਵਾਂਗੇ। ਚਲ ਮੂੰਗੀ ਮਸਰਾਂ ਦੀ ਦਾਲ ਵਾਲੀ ਖਾ ਲਿਓ ਯਾਰ, ਕੁਛ ਨਹੀਂ ਹੁੰਦਾ। ਲਓ ਜੀ, ਪਨੀਰ ਵਾਲੇ ਬਣਾਉਣ ਲੱਗੇ ਆਪਾਂ ਪਰੌਂਠੇ, ਠੀਕ ਹੈ ਨਾ। ਤੇ ਸਭ ਕੁਝ ਮਿਕਸ ਕਰ ਲਿਆ ਵਾ, ਪਨੀਰ ਵੀ, ਪਿਆਜ਼ ਵੀ, ਹਰੀਆਂ ਮਿਰਚਾਂ ਵੀ, ਠੀਕ ਹੈ ਨਾ। ਲੂਣਾ ਨਾ ਆਪਾਂ ਵਿੱਚ ਪਾ ਲਿਆ ਵਾ, ਹੁਣ ਲੱਗੇ ਆਪਾਂ ਪੇੜਾ ਕਰਨ। ਲਓ ਜੀ, ਆਏ ਗੋਲ ਮਟੋਲ ਕਰਦੇ ਆ ਆਪਾਂ ਪੇੜਾ, ਜਿੱਦਾਂ ਭਾਬੀ ਰਣਜੀਤ ਕੌਰ ਆ ਗੋਲ ਮਟੋਲ, ਠੀਕ ਹੈ ਨਾ। ਲਓ ਜੀ, ਦੇਖੋ ਇੱਕ, ਠੀਕ ਹੈ ਨਾ। ਦਿੱਲੀ ਚੋਰੀ ਮੇਰਾ ਹੋ ਗਿਆ, ਕੀ ਕਰੀਏ ਕੀ ਕਰੀਏ, ਮੈਡਮ ਤੇਰੀ ਚਾਲ, ਤੇਰੇ ਸਿਲਕੀ ਸਿਲਕੀ ਵਾਲ, ਔਰ ਹਮ ਇਸਸੇ ਜ਼ਿਆਦਾ ਕਿਆ ਕਹੇ, ਦਿਲ ਚੋਰੀ ਮੇਰਾ ਹੋ ਗਿਆ, ਕੀ ਕਰੀਏ ਕੀ ਕਰੀਏ। ਲਓ ਜੀ, ਭਾਬੀ ਨੇ ਲਿਆਂਦਾ ਜੀ ਪਾਈਆ ਪਨੀਰ, ਜਿਹਦੇ ਵਿੱਚੋਂ ਅੱਧਾ ਪਨੀਰ ਭਾਬੀ ਰਣਜੀਤ ਕੌਰ ਖਾ ਗਈ, ਠੀਕ ਹੈ ਨਾ। ਤੁਸੀਂ ਪਾਈਆ ਤੇ ਪਾਈਆ ਪਨੀਰ ਸਾਰਾ ਵਿੱਚ ਪਾਉਣਾ ਵਾ, ਠੀਕ ਹੈ ਨਾ, ਪਰੌਂਠਿਆਂ ਦੇ। ਫਿਰ ਪਰੌਂਠੇ ਬਣਾਉਣੇ, ਦੇਖੋ ਫਿਰ ਪਰੌਂਠੇ ਕਿੰਨੇ ਵਧੀਆ ਬਣਦੇ ਨੇ ਪਨੀਰ ਵਾਲੇ ਪਰਾਂਠੇ। ਬਾਕੀ ਅੱਗੇ ਤੁਹਾਡੀ ਭਾਬੀ ਦੱਸੂਗੀ ਕੀ ਕਰਨਾ ਵਾ। ਲਓ ਜੀ, ਗੋਲ ਗੋਲ ਆਪਾਂ ਬਣਾ ਲਈਏ ਰੋਟੀ, ਠੀਕ ਹੈ ਨਾ। ਹੁਣ ਭਰਦੇ ਆਪਾਂ ਪਨੀਰ। ਲਓ ਜੀ, ਠੀਕ ਹੈ ਨਾ, ਕੰਜੂਸੀ ਨਹੀਂ ਕਰਨੀ ਜੀ ਬਿਲਕੁਲ। ਲਓ ਜੀ, ਪਰੌਂਠਿਆਂ ਦੇ ਵਿੱਚ ਪਨੀਰ ਪਾਉਣ ਲੱਗਿਆ ਨੇ, ਠੀਕ ਹੈ ਨਾ। ਲਓ ਜੀ, ਇੱਦਾਂ ਕਰ ਲੈਣਾ ਵਾ ਆਪਾਂ। ਲਓ ਜੀ, ਬਿਲਕੁਲ ਆ ਜਾਓ ਜਲਦੀ ਜਲਦੀ, ਠੀਕ ਹੈ ਨਾ। ਫਿਰ ਨਹੀਂ ਕਹਿਣਾ ਗਾ ਵੀ ਦੱਸਿਆ ਨਹੀਂ ਭਾਬੀ ਨੇ ਕੁਛ ਵੀ, ਭਾਬੀ ਬਹੁਤ ਕੁਛ ਦੱਸਦੀ ਆ ਤੁਹਾਨੂੰ, ਠੀਕ ਹੈ ਨਾ। ਠੀਕ ਹੈ ਨਾ, ਠੀਕ ਹੈ ਨਾ, ਠੀਕ ਹੈ ਨਾ। ਹਾਂ, ਕਿਉਂਕਿ ਇਹ ਤਾਂ ਭਾਬੀ ਨੇ ਕਹਿਣਾ ਹੀ ਕਹਿਣਾ ਹਰ ਵੀਡੀਓ ਦੇ ਵਿੱਚ, ਠੀਕ ਹੈ ਨਾ। ਔਰ ਤੁਸੀਂ ਇਹਦਾ ਮਤਬਲ ਸਮਝ ਲਿਆ ਕਰੋ ਵੀ ਕਹਿੰਦੀ ਆ ਵੀ ਠੀਕ ਹੈ ਨਾ। ਮੇਰੀ ਮੰਮੀ ਦਾ ਤੱਕੀਆ ਕਲਾਮ ਆ, ਠੀਕ ਹੈ ਨਾ। ਜਦੋਂ ਵੀ ਹੁਣ ਤੁਹਾਡੀ ਭਾਬੀ ਨੇ ਫਿਲਮ ਕਰਨੀ ਆ, ਉਹਦੇ ਵਿੱਚ ਵੀ ਇਹੀ ਕੁਛ ਕਹਿਣਾ ਵਾ, ਠੀਕ ਹੈ ਨਾ ਕਿ ਨਹੀਂ। ਔਰ ਭਾਬੀ ਪਰੌਂਠਾ ਬਣਾਉਣ ਲੱਗੀ ਆ ਪਨੀਰ ਵਾਲਾ, ਔਰ ਤੁਸੀਂ ਸਪੈਸ਼ਲ ਖਾਣਾ ਵਾ ਭਾਬੀ ਕੋਲ ਆ ਕੇ। ਉਹ ਤੁਸੀਂ ਲੁਧਿਆਣੇ ਆਉਣਾ ਕਿ ਨਹੀਂ? ਪਹਿਲਾਂ ਤੁਸੀਂ ਆ ਕੇ ਘੰਟਾ ਘਰ ਉੱਤਰ ਜਾਣਾ ਵਾ, ਔਰ ਇਹ ਘੰਟਾ ਘਰ ਤੋਂ ਸਿੱਧਾ ਤੁਸੀਂ ਭਾਬੀ ਦੇ ਘਰ ਦਾ ਥ੍ਰੀ ਵੀਲਰ ਫੜ ਲੈਣਾ, ਥ੍ਰੀ ਵੀਲਰ 'ਚ ਬੈਠ ਕੇ ਆਉਣਾ ਨਾ ਬਲਕਿ ਗੱਡੀ ਦੇ ਵਿੱਚ ਬੈਠ ਕੇ ਆਉਣਾ, ਠੀਕ ਹੈ ਨਾ। ਹਾਂ, ਔਰ ਭਾਬੀ ਕਹਿਣ ਤਾਂ ਜੋਗੀ ਹੋਊਗੀ ਵੀ ਇਹਦੇ ਭਾਬੀ ਦੇ ਫੈਨ ਜਿਹੜੇ ਆਟੋ 'ਚ ਆਏ ਨੇ ਕਿ ਨਹੀਂ। ਲਓ ਜੀ, ਪਨੀਰ ਵਾਲਾ ਪਰੌਂਠਾ ਦੇਖ ਲਓ ਇੱਧਰ ਕਿਵੇਂ ਬਣਦਾ ਵਾ, ਠੀਕ ਹੈ ਨਾ। ਘਿਓ ਰੱਜ ਕੇ ਪਾਉਣਾ ਵਾ, ਠੀਕ ਹੈ ਨਾ। ਆਏ ਤਲ ਤਲ ਕੇ ਲਾਉਣਾ ਵਾ ਪਰੌਂਠਾ, ਐਵੇਂ ਨਾ ਕੰਜੂਸੀ ਕਰੀ ਚੱਲੋ ਘਿਓ ਦੀ ਵੀ ਨਾਲ, ਠੀਕ ਹੈ ਨਾ। ਆਏ ਹਾਏ, ਦੇਖੋ ਇੱਧਰ ਕਰਾਂ, ਰੜਦਾ ਨਾ ਪਰੌਂਠਾ ਕਰਾਂ, ਇੱਦਾਂ ਵਾ ਤਵੇ 'ਤੇ ਭੱਜਿਆ ਫਿਰਦਾ ਨਾ ਪਰੌਂਠਾ ਘਿਓ ਦੇ ਵਿੱਚ।
ਤੇ ਤੋਂ ਡਰਦਾ ਮਾਰਦਾ ਮੇਰਾ ਬੰਦਾ ਵੀ ਬਾਹਰ ਤੁਰਿਆ ਫਿਰਦਾ ਭੱਜਿਆ ਕਿ ਨਹੀਂ ਲਾ ਜੀ ਧਿਆਨ ਨਾਲ ਚੱਕਣਾ ਵਾ ਪਰੌਂਠਾ ਠੀਕ ਹੈ ਨਾ ਉੱਤੇ ਛਿੱਟੇ ਛੁੱਟੇ ਨਾ ਪਾ ਕੇ ਬਹਿ ਜਾਓ ਫਿਰ ਕਹਿ ਦਾਂਗੇ ਭਾਬੀ ਦਾ ਦੱਸ ਦਿਓ ਨਹੀਂ ਸਾਨੂੰ ਕੁਛ ਵੀ ਦਰਸੇ ਤੇ ਆ ਰਹੇ ਹੋ ਕਿ ਕਿੱਥੇ ਚੱਲੇ ਹੋ ਨਾਲੇ ਇਕੱਲੇ ਇਕੱਲੇ ਹੋ ਅੱਜ ਤਿਆਰ ਹੋ ਕੇ ਤੁਹਾਡੀ ਭਾਬੀ ਚੰਡੀਗੜ੍ਹ ਚੱਲੀ ਹੈ ਕਿ ਨਹੀਂ ਤਾਂ ਹੀ ਤਾਂ ਮੈਂ ਪਰੌਂਠੇ ਬਣਾਉਣ ਲੱਗੀ ਹਾਂ ਪਨੀਰ ਵਾਲੇ ਨਾਲੇ ਖਾ ਕੇ ਜਾਊਂਗੀ ਨਾ ਲੈ ਕੇ ਜਾਊਂਗੀ ਨਾਲੇ ਕਾਰ 'ਚ ਬੈਠ ਕੇ ਪਰੌਂਠੇ ਖਾਊਗੀ ਹਾਂਜੀ ਐਂ ਕਰ ਪਹਿਲਾਂ ਆਪਾਂ ਚੱਲਦੇ ਹਾਂ ਘੰਟਾ ਘਰ ਠੀਕ ਹੈ ਨਾ ਹਾਂਜੀ ਉਹ ਤੋਂ ਆਪਾਂ ਕੱਪੜੇ ਬਣਾ ਕੇ ਲੈ ਕੇ ਆਉਂਦੇ ਹਾਂ ਨਾਲੇ ਤੈਨੂੰ ਸੂਟ ਦਵਾ ਕੇ ਲੈ ਕੇ ਆਊਂਗਾ ਮੈਂ ਕਿ ਨਹੀਂ ਹਾਂਜੀ ਹਾਂਜੀ ਫਿਰ ਤਾਂ ਹੁਣੇ ਚੱਲੀਏ ਜੀ ਆਪਾਂ ਆਹੋ ਕਿੱਥੇ ਜੀ ਘੰਟਾ ਘਰ ਸੂਟ ਲੈਣ ਵਾਸਤੇ ਚੌੜਾ ਬਾਜ਼ਾਰ ਹਾਂਜੀ ਹਾਂ ਸਾਡਾ ਲੁਧਿਆਣਾ ਬਹੁਤ ਸੋਹਣਾ ਵਾ ਇੱਕ ਵਾਰ ਆ ਕੇ ਦੇਖੋ ਕਿਉਂ ਹੀ ਘੁੰਮ ਕੇ ਫਿਰ ਪਤਾ ਲੱਗਦਾ ਵੀ ਲੁਧਿਆਣਾ ਸ਼ਹਿਰ ਕਿੰਨਾ ਸੋਹਣਾ ਵਾ ਹਾਂਜੀ ਤੇਰੇ ਹੁਸਨ ਕਾ ਚਰਚਾ ਅਬ ਤੋ ਹੋਣੇ ਲਗਾ ਹੈ ਗਲੀ ਗਲੀ ਕੋਈ ਕਹੇ ਨਮਕੀਨ ਤੁਝੇ ਮੈਂ ਕਹੂੰ ਮਿਸਰੀ ਕੀ ਡਲੀ ਤੇਰੇ ਹੁਸਨ ਕਾ ਚਰਚਾ ਅਬ ਤੋ ਮਜੇ ਦੀਏ ਮੋਹਬਤੀਏ ਮੋਹਬਤੀਏ ਸਾਰੇ ਲੁਧਿਆਣੇ ਵਿੱਚ ਚਾਨਣ ਤੇਰਾ ਲਓ ਜੀ ਰਣਜੀਤ ਕੌਰ ਭਾਬੀ ਦਾ ਪੂਰੇ ਲੁਧਿਆਣੇ 'ਚ ਚਾਨਣ ਲੱਗ ਰਹੀ ਦੇਖੋ ਭਾਬੀ ਫਿਰ ਵੀ ਲੁਧਿਆਣੇ ਦੀ ਆ ਹਾਂਜੀ ਅਤੇ ਪਰੌਂਠਾ ਬਣ ਕੇ ਤਿਆਰ ਹੋ ਗਿਆ ਦੇਖੋ ਕਿਵੇਂ ਪਾਲਟੇ ਲਵਾਈ ਜਾਂਦੀ ਹੈ ਪਰੌਂਠੇ ਦੀ ਹਾਂਜੀ ਲਓ ਜੀ ਪਰੌਂਠੇ ਬਣ ਕੇ ਆਪਣੇ ਤਿਆਰ ਹੋ ਗਏ ਆ ਲਓ ਜੀ ਗੈਸ ਕਰਤੀ ਆਪਾਂ ਬੰਦ ਤੇ ਦਹੀਂ ਦਾ ਕੱਪ ਲਿਆਉਣਾ ਵਾ ਵੱਡਾ ਠੀਕ ਹੈ ਨਾ ਵੇਰਕਾ ਦਾ ਵੇਰਕਾ ਦਾ ਛੋਟਾ ਜਿਹਾ ਕੱਪ ਨਾ ਲੈ ਕੇ ਆਇਓ ਠੀਕ ਹੈ ਨਾ ਨਾਲ ਚਟਣੀ ਵੀ ਕੁੱਟਣੀ ਹਰੀ ਮਿਰਚ ਦੀ ਹਾਂਜੀ ਹਰੀਆਂ ਮਿਰਚਾਂ ਦੀ ਚਟਣੀ ਵੀ ਕੁੱਟਣੀ ਆ ਤੁਸੀਂ ਠੀਕ ਹੈ ਨਾ ਆਏ ਹਾਏ ਕੀ ਹਾਲ ਚਾਲ ਆ ਸੋਹਣੇ ਹੋ ਮੂੰਹ 'ਚ ਪਾਣੀ ਆਉਣ ਲੱਗ ਗਿਆ ਹਾਂ ਜਲਦੀ ਆ ਜਾਓ ਮੇਰੇ ਕੋਲ ਫਿਰ ਅੱਜ ਮੇਰੀ ਮੰਮੀ ਨੇ ਬਣਾਇਆ ਪਨੀਰ ਵਾਲੇ ਪਰੌਂਠੇ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੈ ਪਲੀਜ਼ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਹੰਸ ਪਰਿਵਾਰ ਵਾਲੇ ਸਾਰੇ ਲਵ ਯੂ ਰੱਖ ਭਰ ਕੇ ਅੱਖਾਂ ਚੁੰਮਿਆਂ ਦਾ